ਸਟੂਡੈਂਟ ਇੰਡਸਟਰੀ ਅੱਗੇ ਨਾਲੋਂ ਕਾਫੀ ਸਿੱਖੀ ਹੈ, ਬਟ ਅਜੇ ਉਹਦੀ ਨਹੀਂ ਹੈ ਪੈਸੇ ਦੀ ਨਾ ਪੈਸੇ ਦੀ ਸਿੱਖੀ। ਲੋਨ ਬੈਂਕ ਤੋਂ ਲੈ ਕੇ ਅਸੀਂ ਇਹਨਾਂ ਸਾਰਿਆਂ ਨੂੰ ਅਦਾਇਗੀ ਕਰਨ ਦਾ ਪ੍ਰੋਸੈਸ ਸ਼ੁਰੂ ਕੀਤਾ ਹੈ, ਕਿਉਂਕਿ ਇਹਨਾਂ ਸਾਰਿਆਂ ਨੇ ਜਿਹੜੇ ਆਰਡਰ ਹੋਏ ਆ, ਕਿਸੇ ਦੇ 12% ਵਿਆਜ ਨਾਲ, ਕਿਸੇ ਦੇ 7% ਵਿਆਜ ਹੈ, ਕਿਸੇ ਦੇ 8% ਵਿਆਜ ਹੈ, ਉਹਦੇ ਨਾਲ ਘੱਟ ਸਾਨੂੰ ਲੋਨ ਬੈਂਕ ਤੋਂ ਮਿਲਣਾ ਹੈ। ਸੋ ਇਹਨਾਂ ਦੇ ਕਾਫੀ ਪੁਰਾਣੇ ਪੈਸੇ ਜਿਹੜੇ ਆ ਇੱਧਰ ਦੇਣ ਯੋਗ ਸੀਗੇ, ਜਿਸ ਕਰਕੇ ਇਹਨਾਂ ਨੂੰ ਨੁਕਸਾਨ ਨਹੀਂ ਹੋ ਰਿਹਾ, ਅਤੇ ਹਰ ਇੱਕ ਵਿਅਕਤੀ ਦੀ ਆਪਣੀ ਪਲਾਨ ਹੁੰਦੀ ਹੈ, ਹਰ ਇੱਕ ਵਿਅਕਤੀ ਦਾ ਪਲਾਨ ਹੁੰਦਾ, ਉਹਦੇ ਪੈਸੇ ਦੀ ਵੈਲਿਊ ਘੱਟ ਰਹੀ ਹੈ, ਨਾਲ ਹੀ ਟਰੱਸਟ ਨੂੰ ਨੁਕਸਾਨ ਨਹੀਂ ਹੋ ਰਿਹਾ ਕਿ ਸਾਨੂੰ ਉਹ ਰਕਮਾਂ ਹੋਰ ਵੱਡੀਆਂ ਹੁੰਦੀਆਂ ਜਾ ਰਹੀਆਂ। ਸਰ, ਜਿਹੜੇ ਅਲੋਟੀਸ ਆਏ ਸੀਗੇ ਅਲੋਟੀ ਐਸੋਸੀਏਸ਼ਨ ਵੱਲੋਂ ਤੁਹਾਡੇ ਕੋਲ ਵੀ, ਜਿਹੜੇ ਉਹਨਾਂ ਦਾ ਬਕਾਇਆ ਰਾਸ਼ੀ ਇੰਪਰੂਵਮੈਂਟ ਟਰੱਸਟ ਵੱਲ ਬਕਾਇਆ ਹੈ, ਉਹਦੇ ਲੈਣ ਸੰਬੰਧੀ ਆਏ ਸੀ, ਜਿਹੜੀ ਪਹਿਲੇ ਮੁਲਾਕਾਤਾਂ ਹੋਈਆਂ, ਅਤੇ ਅੱਜ ਉਹਦੇ ਸਰ ਕੀ ਅੱਜ ਹੋਇਆ ਅਤੇ ਕੀ ਉਹਨਾਂ ਨੂੰ ਆਸ਼ਵਾਸਨ ਦਿੱਤਾ? ਸੂਰਿਆ ਇਨਕਲੇਵ, ਸੂਰਿਆ ਇਨਕਲੇਵ ਐਕਸਟੈਂਸ਼ਨ ਅਤੇ ਹੋਰ ਨਾਲ ਦੀਆਂ ਨੇਬਰਹੁੱਡ ਦੇ ਰੈਜੀਡੈਂਟਸ ਜਿਹੜੇ ਸੀਗੇ ਜਾਂ ਅਲੋਟੀ ਸੀਗੇ, ਉਹ ਅੱਜ ਆਏ ਸੀਗੇ ਮੇਰੇ ਕੋਲ ਉਹਨਾਂ ਦੀ ਐਸੋਸੀਏਸ਼ਨ ਵਾਲੇ, ਅਤੇ ਸਧਾਰਨ ਲੋਕ ਸਾਰੇ ਕਾਫੀ ਲੋਕ ਸੀਗੇ, 30-35 ਲੋਕ ਸੀਗੇ, ਅਤੇ ਉਹਨਾਂ ਦੀ ਐਕਚੁਲੀ ਬੇਸਿਕਲੀ ਪ੍ਰੋਬਲਮ ਇਹ ਆ ਵੀ ਦੋ ਤਰ੍ਹਾਂ ਦੇ ਨੇ, ਕੁਛ ਤਾਂ ਜਿਹੜੇ ਰਿਫੰਡ ਹੋਏ ਹੋਏ ਨੇ ਉਹਨਾਂ ਦੇ, ਅਸੀਂ ਕੋਈ ਨਹੀਂ ਇੰਪਰੂਵਮੈਂਟ ਟਰੱਸਟ ਉਹਨਾਂ ਦੇ ਮਿਆਰ 'ਤੇ ਪੂਰਾ ਉਤਰ ਸਕਿਆ ਜਦੋਂ ਅਲੋਟਮੈਂਟਸ ਕੀਤੀਆਂ ਸੀਗੀਆਂ, ਉਹਦੇ ਬਾਰੇ ਸੀਗਾ, ਕੁਛ ਰੈਜੀਡੈਂਟਸ ਦੀਆਂ ਹੋਰ ਪ੍ਰੋਬਲਮਸ ਵੀ ਸੀਗੀਆਂ, ਬਟ ਜ਼ਿਆਦਾ ਉਹੀ ਸੀਗਾ ਵੀ ਜਿਹੜੇ ਰਿਫੰਡ ਕੋਰਟਸ ਵੱਲੋਂ ਆਰਡਰ ਹੋਏ ਹੋਏ ਨੇ ਉਹਨਾਂ ਦੀ ਜਿਹੜੀ ਆ ਅਦਾਇਗੀ ਇੰਪਰੂਵਮੈਂਟ ਟਰੱਸਟ ਨੇ ਕਾਫੀ ਲੰਬੇ ਸਮੇਂ ਤੋਂ ਨਹੀਂ ਕੀਤੀ, ਕੁਛ ਕੋਰਟ ਵਿੱਚ ਕੇਸ ਚੱਲ ਰਹੇ ਆ, ਕੁਛ ਹੋਰ ਹੈਗਾ। ਵਿੱਤੀ ਹਾਲਤ ਹਾਲ ਦੀ ਘੜੀ ਜਿਹੜੀ ਆ ਇੰਪਰੂਵਮੈਂਟ ਟਰੱਸਟ ਦੀ ਅੱਗੇ ਨਾਲੋਂ ਕਾਫੀ ਸੁਧਰੀ ਹੈ, ਬਟ ਅਜੇ ਉਨੀ ਨਹੀਂ ਹੈ ਵੀ ਅਸੀਂ ਇੱਕਦਮ ਪੈਸੇ ਦੇ ਸਕੀਏ। ਸੋ ਪਿਛਲੀ ਵਾਰੀ ਵੀ ਮੈਨੂੰ ਮਿਲਣ ਆਏ ਸੀਗੇ, ਉਦੋਂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ 2 ਮਹੀਨੇ ਬਾਅਦ ਮੇਰੇ ਨਾਲ ਸੰਪਰਕ ਕਰਿਓ, ਹੁਣ ਉਹਨਾਂ ਨੇ ਫਿਰ ਦੁਬਾਰਾ ਮੇਰੇ ਨਾਲ ਸੰਪਰਕ ਕੀਤਾ ਸੀਗਾ, ਅਸੀਂ ਉੱਧਰਲੇ ਪਾਸੇ ਨੂੰ ਜਾ ਰਹੇ ਹਾਂ, ਅਸੀਂ ਇਹਨਾਂ ਨੂੰ ਲੋਨ ਬੈਂਕ ਤੋਂ ਲੈ ਕੇ ਅਸੀਂ ਇਹਨਾਂ ਸਾਰਿਆਂ ਨੂੰ ਅਦਾਇਗੀ ਕਰਨ ਦਾ ਪ੍ਰੋਸੈਸ ਸ਼ੁਰੂ ਕੀਤਾ ਹੈ, ਅਤੇ ਨਾਲ ਹੀ ਸਾਡੀਆਂ ਆਕਸ਼ਨ ਸ਼ੁਰੂ ਹੋ ਜਾਣੀਆਂ ਆ, ਆਕਸ਼ਨ ਦੇ ਵਿੱਚੋਂ ਵੀ ਅਸੀਂ ਕੁਛ ਪੇਮੈਂਟਸ ਕਰ ਦਾਂਗੇ, ਨਾਲ ਹੀ ਅਸੀਂ ਬੈਂਕ ਦਾ ਲੋਨ ਵਾਪਸ ਕਰ ਦਾਂਗੇ। ਲੋਨ ਅਸੀਂ ਕਿਉਂ ਲੈ ਰਹੇ ਹਾਂ? ਕਿਉਂਕਿ ਇਹਨਾਂ ਸਾਰਿਆਂ ਦੇ ਜਿਹੜੇ ਆਰਡਰ ਹੋਏ ਆ, ਕਿਸੇ ਦੇ 12% ਵਿਆਜ ਨਾਲ, ਕਿਸੇ ਦੇ 7% ਵਿਆਜ ਆ, ਕਿਸੇ ਦੇ 8% ਵਿਆਜ ਹੈ, ਉਹਦੇ ਨਾਲੋਂ ਘੱਟ 'ਚ ਸਾਨੂੰ ਲੋਨ ਬੈਂਕ ਤੋਂ ਮਿਲ ਜਾਣਾ ਆ, ਉਹ ਲੈ ਕੇ ਤਾਂ ਅਸੀਂ ਇਹਨਾਂ ਦੀਆਂ ਦੇਣਦਾਰੀਆਂ ਜਿਹੜੀਆਂ ਛੇਤੀ ਨਿਪਟਾਰਾ ਇਹਨਾਂ ਦਾ ਕਰ ਦਾਂਗੇ। ਅਸੀਂ ਆਪਣੇ ਐਸੈਟਸ ਅਤੇ ਲਾਇਬਿਲਿਟੀ ਜਿਹੜੀਆਂ ਸਾਰਿਆਂ ਦਾ ਅੰਦਾਜ਼ਾ ਲਗਾਇਆ ਹੈਗਾ ਆ, ਵੀ ਵਿਲ ਬੀ ਇਨ ਗੁੱਡ ਸ਼ੇਪ ਵੈਰੀ ਸੂਨ, ਅਤੇ ਅਸੀਂ ਟਰੱਸਟ ਨੂੰ ਪੋਜ਼ਿਟਿਵ ਪਾਸੇ ਲੈ ਕੇ ਜਾਵਾਂਗੇ। ਸੋ ਇਹਨਾਂ ਦੇ ਕਾਫੀ ਪੁਰਾਣੇ ਪੈਸੇ ਜਿਹੜੇ ਆ ਇੱਧਰ ਦੇਣ ਯੋਗ ਸੀਗੇ, ਜਿਸ ਕਰਕੇ ਇਹਨਾਂ ਨੂੰ ਨੁਕਸਾਨ ਇਹ ਹੋ ਰਿਹਾ ਆ ਕਿ ਹਰ ਇੱਕ ਵਿਅਕਤੀ ਦੀ ਆਪਣੀ ਪਲਾਨ ਹੁੰਦੀ ਆ, ਹਰ ਇੱਕ ਵਿਅਕਤੀ ਦਾ ਆਪਣਾ ਹੁੰਦਾ, ਉਹਦੇ ਪੈਸੇ ਦੀ ਵੈਲਿਊ ਘੱਟ ਰਹੀ ਆ, ਨਾਲ ਹੀ ਟਰੱਸਟ ਨੂੰ ਨੁਕਸਾਨ ਇਹ ਹੋ ਰਿਹਾ ਕਿ ਸਾਨੂੰ ਉਹ ਰਕਮਾਂ ਹੋਰ ਵੱਡੀਆਂ ਹੁੰਦੀਆਂ ਜਾ ਰਹੀਆਂ। ਸੋ ਮੈਂ ਉਹਨਾਂ ਨਾਲ ਇਹ ਇਸ ਗੱਲ ਦਾ ਵਾਅਦਾ ਕੀਤਾ ਹੈਗਾ ਕਿ ਛੇਤੀ ਇਸ ਚੀਜ਼ ਦੇ ਜਿਹੜੀ ਅਸੀਂ ਪਲਾਨ ਬਣਾ ਰਹੇ ਹਾਂ ਉਹਦੇ ਰਿਜ਼ਲਟਸ ਨਿਕਲਣਗੇ। ਅਸੀਂ ਮਤਾ ਪਾਸ ਇੰਪਰੂਵਮੈਂਟ ਟਰੱਸਟ ਵੱਲੋਂ ਕੀਤਾ ਆ ਲੋਨ ਲੈ ਕੇ ਇਹਨਾਂ ਦਾ ਕਰਜ਼ ਵਾਪਸ ਕਰਨ ਦਾ, ਅਤੇ ਉਹ ਸਰਕਾਰ ਵੱਲੋਂ ਦੀ ਪ੍ਰਵਾਨਗੀ ਵੀ ਦੇ ਦਿੱਤੀ ਗਈ ਆ। ਅਸੀਂ ਬੈਂਕਸ ਨਾਲ ਨੈਗੋਸ਼ੀਏਟ ਕਰ ਰਹੇ ਹਾਂ, ਜਿਹੜੀ ਬੈਂਕ ਸਾਨੂੰ ਬੈਟਰ ਰੇਟ ਦੇਵੇਗੀ ਉਹਨਾਂ ਕੋਲੋਂ ਅਸੀਂ ਪੈਸੇ ਲੈ ਕੇ ਇਹਨਾਂ ਦੀਆਂ ਅਦਾਇਗੀਆਂ ਛੇਤੀ ਕਰ ਦਾਂਗੇ। ਇਹ ਮੁੱਖ ਮੰਗ ਸੀਗੀ ਸਾਰਿਆਂ ਦੀ, ਬਾਕੀ ਜਿਹੜੀਆਂ ਹੋਰਨਾਂ ਦੀ ਪ੍ਰੋਬਲਮਸ ਆ ਉਹ ਪਹਿਲਾਂ ਵੀ ਮੈਂ ਸੋਲਵ ਕਰ ਹੀ ਰਿਹਾ, ਬਾਕੀ ਵੀ ਅਸੀਂ ਨਾਲ ਨਾਲ ਕਰਦੇ ਰਹਾਂਗੇ। ਬਹੁਤ ਮਿਹਰਬਾਨੀ ਸਰ। ਮਾਸਟਰ ਗੁਰਬੰਤਾ ਸਿੰਘ ਇਨਕਲੇਵ ਔਰ ਬੀਬੀ ਪਾਣੀ ਕੰਪਲੈਕਸ ਦੇ ਵਿੱਚ ਬਹੁਤ ਸਾਰੇ ਫਲੈਟ ਇਹੋ ਜਿਹੇ ਆ ਜਿਨ੍ਹਾਂ ਦੇ ਪੇਮੈਂਟ ਅਦਾਇਗੀ ਐਜ਼ ਪਰ ਕੋਰਟ ਆਰਡਰ ਇੰਪਰੂਵਮੈਂਟ ਟਰੱਸਟ ਦੇ ਚੁੱਕਾ ਹੈ, ਪਰ ਉਹ ਜਿਹੜੇ ਫਲੈਟਸ, ਕਿਉਂਕਿ ਜਿਹੜੇ ਉਹਨੂੰ ਪ੍ਰੋਪਰਟੀ ਹੋ ਗਈ ਹੈ ਇੰਪਰੂਵਮੈਂਟ ਟਰੱਸਟ ਦੀ, ਸਰ ਉਹਨਾਂ ਦੇ ਉੱਪਰ ਨਜਾਇਜ਼ ਕਬਜ਼ੇ ਹੋਏ ਨੇ, ਲੋਕ ਉਹਨਾਂ ਦਾ ਕਿਰਾਇਆ ਵਸੂਲ ਰਹੇ ਨੇ, ਅਗਰ ਉਹ ਫਲੈਟਸ ਅਗਰ ਜਿਹੜੇ ਕਿ ਜਿਨ੍ਹਾਂ ਦੀ ਅਦਾਇਗੀ ਹੋ ਚੁੱਕੀ ਹੈ
ਅਗਰ ਇੰਪਰੂਵਮੈਂਟ ਟਰੱਸਟ ਉਹਦੇ ਉੱਪਰ ਆਪਣਾ ਪੁਜੈਸ਼ਨ ਲੈ ਲੈਂਦਾ ਹੈ ਤੇ ਉਹਨਾਂ ਦੇ ਨਾਲ ਵੀ ਤੇ ਕੱਲ ਨੂੰ ਤੁਹਾਨੂੰ ਕੋਈ ਨਾ ਕੋਈ ਇੰਪਰੂਵਮੈਂਟ ਟਰੱਸਟ ਨੂੰ ਸੋਰਸ ਆਫ ਇਨਕਮ ਜਨਰੇਟ ਹੋ ਸਕਦਾ ਹੈ? ਨਹੀਂ, ਨਜਾਇਜ਼ ਕਬਜ਼ਾ ਤਾਂ ਅਸੀਂ ਕਿਤੇ ਵੀ ਸਹਿਣ ਨਹੀਂ ਕਰਾਂਗੇ। ਮੇਰੇ ਧਿਆਨ 'ਚ ਆਇਆ ਹੁਣੇ ਰੀਸੈਂਟਲੀ ਆਇਆ ਹੈਗਾ, ਉਹ ਅਸੀਂ ਛੇਤੀ ਟੀਮ ਜਾ ਰਹੀ ਹੈ ਸਾਡੇ ਇੰਜੀਨੀਅਰ ਦੀ ਜੇਈ ਵਗੈਰਾ ਸਾਡੇ ਸਾਰਾ ਅਮਲਾ ਫੈਲਾ ਜਿਹੜਾ, ਉਹਨਾਂ ਨੂੰ ਮੈਂ ਇੰਸਟਰਕਸ਼ਨਸ ਕੀਤੀਆਂ ਹੈਗੀਆਂ ਕਿ ਉੱਥੇ ਦੇਖੋ ਸਾਰੀ ਇਨਵੈਂਟੋਰੀ ਬਣਾਓ ਜਿਹੜੇ ਜਿਹੜੇ ਖਾਲੀ ਹੋ ਚੁੱਕੇ ਆ, ਅਤੇ ਨਾਲੇ ਉੱਥੇ ਜਿਹੜੇ ਜਿਹੜੀਆਂ ਸੁਵਿਧਾਵਾਂ ਨਹੀਂ ਹੈਗੀਆਂ ਉੱਥੇ ਉਹ ਵੀ ਅਸੀਂ ਪੂਰੀਆਂ ਉੱਥੇ ਵੀ ਦੇਵਾਂਗੇ। ਐਂਡ ਮਾਸਟਰ ਗੁਰਵੰਤਾ ਸਿੰਘ ਜਿਹੜੀ ਇਨਕਲੇਵ ਹੈਗੀ ਆ, ਜਿਹੜੇ ਅਪਾਰਟਮੈਂਟਸ ਹੈਗੇ ਆ ਉੱਥੇ, ਜਿਹੜੀ ਜਿਸ ਕਰਕੇ ਸਾਡੇ ਵਿਰੁੱਧ ਕੋਰਟਸ ਨੇ ਫੈਸਲੇ ਕੀਤੇ, ਉੱਥੇ ਇੱਕ ਇਹ ਸੀਗਾ ਵੀ ਉੱਥੇ ਸੜਕ ਬੜੀ ਨੈਰੋ ਆ, ਜਦਕਿ ਪ੍ਰੋਮਿਸ ਜ਼ਿਆਦਾ ਕੀਤੀ ਗਈ ਸੀਗੀ। ਉਹ ਜਿਹੜੇ ਇੱਥੇ ਅਫਸਰ ਰਹੇ ਆ ਜਿਨ੍ਹਾਂ ਨੇ ਉਹ ਕੰਸਟਰਕਸ਼ਨ ਕੀਤੀ ਆ ਵਿਦਾਊਟ ਗਵਰਨਮੈਂਟ, ਕੁਛ ਨਕਸ਼ੇ ਜਿਹੜੇ ਪਾਸ ਹੋਣੇ ਸੀ, ਕੁਛ ਹੋਰ ਹਦਾਇਤਾਂ ਦੀ ਉਲੰਘਣਾ ਕੀਤੀ ਆ, ਕੁਛ ਉਹਨਾਂ ਨੇ ਘਪਲੇਬਾਜ਼ੀ ਕੀਤੀ ਹੈ, ਉਹਦੇ ਬਾਰੇ ਮੈਂ ਗਵਰਨਮੈਂਟ ਨੂੰ ਲਿਖਤਾ, ਉੱਥੇ ਕਾਰਵਾਈ ਜਾਰੀ ਆ, ਉਹਨਾਂ ਦੇ ਵਿਰੁੱਧ ਵੀ ਕਾਰਵਾਈ ਹੋਵੇਗੀ, ਅਸੀਂ ਉਹ ਸੜਕ ਵੀ ਚੌੜੀ ਕਰਾਂਗੇ। ਸਰ ਇੱਕ ਤੁਸੀਂ ਲਾਸਟ ਕੁਐਸਚਨ ਹੈ ਸਰ, ਤੁਸੀਂ ਇੱਕ ਸੂਰਿਆ ਇਨਕਲੇਵ ਔਰ ਸੂਰਿਆ ਇਨਕਲੇਵ ਐਕਸਟੈਂਸ਼ਨ ਨੂੰ ਜਿਹੜੀ ਨਵੀਂ ਸੜਕ ਔਰ ਜਿਹੜਾ ਕਾਜੀ ਮੰਡੀ ਬਾਰੇ ਵੀ ਤੁਸੀਂ ਕਿਹਾ ਵੀ ਉਹਦੇ ਬਾਰੇ ਵੀ ਹਿੰਟ ਦਿੱਤਾ ਵੀ ਉਹ ਵੀ ਤੁਹਾਡੇ ਧਿਆਨ 'ਚ ਹੈ, ਅਤੇ ਜਲੰਧਰ ਨੂੰ ਇੱਕ ਬੜਾ ਵੱਡਾ ਗਿਫਟ ਹੋਏਗਾ ਸਰ ਟਰੱਸਟ ਦਾ, ਥੋੜ੍ਹਾ ਜਿਹਾ ਉਹਦੇ ਬਾਰੇ ਵੀ ਪਲੀਜ਼ ਦਰਸ਼ਕਾਂ ਨੂੰ ਐਕਸਪਲੇਨ ਕਰ। ਕਾਜੀ ਮੰਡੀ ਵਾਲੇ ਜਿਹੜੇ ਨਜਾਇਜ਼ ਕਬਜ਼ੇ ਆ ਉਹ ਅਸੀਂ ਸਾਰੇ ਹਟਾ ਰਹੇ ਹਾਂ ਔਰ ਉਸ ਸੜਕ ਨੂੰ ਚੌੜੀ ਕਰਾਂਗੇ, ਔਰ ਜਿਹੜੀ ਉਹ ਸੜਕ 'ਤੇ ਜੋ ਵੀ ਉੱਥੇ ਮਲਬਾ ਵਗੈਰਾ ਪਿਆ ਹੈਗਾ ਜਾਂ ਗੰਦਮੰਦ ਪਿਆ ਹੈਗਾ ਉਹ ਸਾਰਾ ਰਿਮੂਵ ਕਰਕੇ ਵਧੀਆ ਸੂਰਿਆਨ ਕਲੇਵ ਅਤੇ ਸੂਰਿਆਨ ਕਲੇਵ ਐਕਸਟੈਂਸ਼ਨ ਨੂੰ ਵਧੀਆ ਨੇਬਰਹੁੱਡ ਬਣਾਵਾਂਗੇ। ਨਾਲੇ ਗੁਰੂ ਗੋਬਿੰਦ ਸਿੰਘ ਐਵਨਿਊ ਲੱਗਦਾ ਆ, ਨਾਲੇ ਮਹਾਰਾਜਾ ਰਣਜੀਤ ਸਿੰਘ ਨਗਰ ਵੀ ਲੱਗਦਾ ਆ, ਸਟੇਸ਼ਨ ਦਾ ਵੀ ਦੂਸਰਾ ਪਾਸਾ ਖੁੱਲ੍ਹ ਜਾਣਾ ਆ। ਉਹ ਜਿਹੜੀ ਕਾਜ਼ੀ ਮੰਡੀ ਵਾਲਾ ਹੈਗਾ ਉੱਥੇ ਵੀ ਆਰ ਵਰਕਿੰਗ ਔਨ ਇਟ, ਔਰ ਇੱਕ ਨਕਸ਼ਾ ਸਾਡਾ ਹੋਰ ਰਹਿੰਦਾ ਹੈ ਹੈੱਡਕੁਆਟਰ ਤੋਂ ਪਾਸ ਹੋਣ ਵਾਲਾ, ਜਿਹੜੇ ਉੱਥੇ ਪਰਮਾਨੈਂਟ ਕਬਜ਼ੇ ਕਰਕੇ ਬੈਠੇ ਆ ਕੁਛ ਲੋਕ ਜਿਨ੍ਹਾਂ ਕੋਲ ਨਹੀਂ ਕੋਈ ਹੋਰ ਥਾਂ ਹੈਗੀ, ਉਹਨਾਂ ਲਈ ਵੀ ਅਸੀਂ ਸਰਕਾਰ ਤੋਂ ਪ੍ਰਵਾਨਗੀ ਲੈ ਲਈ ਆ। ਡੇਢ ਮਰਲਾ ਤੋਂ ਲੈ ਕੇ ਦੋ ਮਰਲਾ ਤੱਕ ਪਲੋਟ ਨਿਸ਼ਾਨਦੇਹੀ ਹੋ ਚੁੱਕੀ ਆ, ਵਿਅਕਤੀਆਂ ਦੇ ਨਾਂ ਸਾਨੂੰ ਪਤਾ ਆ, ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰ ਦਾਂਗੇ। ਜੇ ਕੋਈ ਹੋਰ ਅੜਚਣ ਆਈ ਤਾਂ ਉਹਨੂੰ ਵੀ ਅਸੀਂ ਨਾਲੋਂ ਨਾਲ ਦੂਰ ਕਰਾਂਗੇ, ਅਸੀਂ ਹਟਾ ਦਾਂਗੇ ਬਿਲਕੁਲ। ਇਹ ਉਸ ਸੜਕ 'ਤੇ ਨਜਾਇਜ਼ ਕਬਜ਼ੇ ਨਹੀਂ ਰਹਿਣ ਦੇਣੇ ਅਸੀਂ, ਅਤੇ ਸੜਕ ਨੂੰ ਉਹਨੂੰ ਚੌੜੀ ਵੀ ਕਰਨਾ, ਉਹ ਵੀ ਅਸੀਂ ਛੇਤੀ ਕਰ ਦਾਂਗੇ, ਛੇਤੀ ਕਰਾਂਗੇ। ਸਰ ਜਲੰਧਰ ਨਿਵਾਸੀਆਂ ਨੂੰ ਔਰ ਅਲਾਟੀਆਂ ਨੂੰ ਆਪ ਇੰਪਰੂਵਮੈਂਟ ਟਰੱਸਟ ਦੇ ਬਤੌਰ ਚੇਅਰਮੈਨ ਔਰ ਸਰਕਾਰ ਵੱਲੋਂ ਕੀ ਅਪੀਲ ਸਰ ਕਰਨਾ ਚਾਹੁੰਦੇ ਹੋ ਐਸ ਪਰ ਜਿਹੜਾ ਇੰਪਰੂਵਮੈਂਟ ਟਰੱਸਟ ਦੇ ਆਉਣ ਵਾਲੇ ਜਿਹੜੇ ਪਲੈਨਿੰਗਸ ਔਰ ਜਿਹੜੀ ਹੁਣ ਇਹਨਾਂ ਦੀਆਂ ਤੁਸੀਂ ਪ੍ਰੋਬਲਮਸ ਨੂੰ ਰਿਮੂਵ ਕਰ ਦਿੰਦੇ? ਮੈਂ ਤਾਂ ਇਹੀ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਸਹਿਯੋਗ ਦੇਣ, ਕਿਉਂਕਿ ਮਾੜੀ ਗੱਲ ਹੈ ਜਦੋਂ ਆਪਾਂ ਕਿਸੇ ਵੀ ਇਨਕਰੋਚਰ ਨੂੰ, ਹੁਣ ਕਿਸੇ ਨੇ ਪਿੱਛੇ ਜਿਹੇ ਸੜਕ ਦੇ ਉੱਪਰ ਫੇਰ ਫੜੀ ਜੀ ਲਾ ਲਈ, ਉੱਥੋਂ ਮੇਰੇ ਇੱਥੋਂ ਮੁੰਡੇ ਹਟਾ ਕੇ ਆਏ ਸੀਗੇ, ਅਤੇ ਉਹ ਚੰਗੇ ਲੋਕ ਉਹਨਾਂ ਦੀ ਸਿਫਾਰਿਸ਼ ਕਰਨ ਲੱਗ ਗਿਆ। ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਮੈਂ ਮੰਨੀ ਨਹੀਂ ਹੈ ਉਹਨਾਂ ਦੀ, ਮੈਂ ਕਿਹਾ ਚਲੋ ਮੇਰੀ ਸ਼ਿਕਾਇਤ ਤੁਸੀਂ ਲਾ ਦਿਓ ਜਿੱਥੇ ਜਾ ਕੇ ਲਾਉਣੀ ਹੈ। ਅਤੇ ਮਤਲਬ ਆਮ ਸ਼ਹਿਰੀ ਜਿਹੜੇ ਆ, ਮੈਂ ਤਾਂ ਦਿਲੋਂ ਸਤਿਕਾਰ ਕਰਦਾ, ਮੈਂ ਖੁਦ ਜਲੰਧਰੀ ਆਇਆ, ਸਾਰੇ ਹੀ ਸਹਿਯੋਗ ਦਿੰਦੇ ਆ, ਪਰ ਮੈਂ ਤਾਂ ਇਹ ਕਹਿੰਦਾ ਵੀ ਆਪਾਂ ਨੂੰ ਖੁਦ ਉੱਠ ਕੇ ਸਾਰੇ ਲੋਕਾਂ ਨੂੰ ਮੂਹਰੇ ਆਉਣਾ ਚਾਹੀਦਾ, ਜਿੱਦਾਂ ਲੋਕਾਂ ਨੇ ਆਪਣੀ ਤਾਕਤ ਦਿਖਾਈ ਆ। ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਕੰਮ ਨਹੀਂ ਸੀ ਠੀਕ ਕੀਤਾ, ਉਹਨਾਂ ਨੇ ਹਟਾ ਕੇ ਸਧਾਰਨ ਲੋਕਾਂ ਨੂੰ 92 MLA ਜਿਤਾ ਕੇ ਸਾਡੇ ਉਹਨਾਂ ਨੂੰ ਉੱਥੇ ਭੇਜਿਆ। ਲੋਕਾਂ ਨੂੰ ਆਪਣਾ ਵਿਜਲ ਅਤੇ ਆਪਣੀ ਜਿਹੜੀ ਆ ਸਟਰੈਂਥ ਜਿਹੜੀ ਆ ਉਹ ਜਾਰੀ ਰੱਖਣੀ ਚਾਹੀਦੀ ਹੈ, ਜਿੱਥੇ ਕਿਤੇ ਕੋਈ ਵੀ ਗਲਤ ਕੰਮ ਹੁੰਦਾ ਆ ਉਹਦੇ ਬਾਰੇ ਸਾਡੇ ਧਿਆਨ 'ਚ ਲਿਆਉਣ, ਅਸੀਂ ਉਹਨਾਂ ਦੀਆਂ ਇਛਾਵਾਂ 'ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਾਂਗੇ।